ਜਿਸ ਤਰ੍ਹਾਂ ਦੀ ਨੀਤੀ ਆ ਕੇਂਦਰ ਅਤੇ ਪੰਜਾਬ ਸਰਕਾਰ ਦੀ, ਉਹਦੇ ਨਾਲ ਜਿਹੜੀਆਂ ਕਿਸਾਨ ਖੁਦਕੁਸ਼ੀਆਂ ਹੋਰ ਵਧਣਗੀਆਂ, ਉਹਨਾਂ ਦੇ ਕਰਜ਼ਾ ਹੋਰ ਚੜ੍ਹ ਰਿਹਾ। ਕਰਜ਼ਾ ਚੜ੍ਹਨ ਦੇ ਨਾਲ ਜੋ ਕਿਸਾਨ ਜਦੋਂ ਉਹਦੇ ਕੋਲ ਲਚਾ ਰਿਹਾ ਤਾਂ ਉਹ ਖੁਦਕੁਸ਼ੀਆਂ ਵਾਲੇ ਬੰਨੇ ਹੋਰ ਜਾਊਗਾ। ਉਹਦਾ ਇੰਨਾ ਕੋਈ ਹੱਲ ਨਹੀਂ, ਨਾ ਇਹ ਹੱਲ ਕੋਈ ਕਰਨਾ ਵੀ ਨਹੀਂ ਚਾਹੁੰਦੇ। ਉਸ ਤਰ੍ਹਾਂ ਹੱਲ ਹੋ ਸਕਦਾ, ਅੱਜ ਵੀ ਕਿਸਾਨ ਦੀਆਂ ਖੁਦਕੁਸ਼ੀਆਂ ਰੁਕ ਸਕਦੀਆਂ। ਇੱਕ ਵਾਰ ਇਹਨਾਂ ਨੂੰ ਕਰਨਾ ਪਊ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਣ, ਸਾਰਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਹਿੰਦੁਸਤਾਨ ਦਾ ਜਿਹੜਾ ਉਹ ਸਾਰਾ ਖਤਮ ਕਰ ਦੇਣ, ਖਤਮ ਕਰਕੇ ਫਸਲਾਂ ਦੇ ਪਹਾੜੇ ਲਾਗਤ ਕਰਿਆ 50% ਮੁਨਾਫਾ ਜੋੜ ਕੇ ਦੇਣ। ਖੇਤੀ ਆਧਾਰਤ ਜਿਹੜੀਆਂ ਛੋਟੀਆਂ ਸੰਨਤਾਂ ਉਹ ਪਿੰਡਾਂ ਦੇ ਵਿੱਚ ਲਾਈਆਂ ਜਾਣ, ਉਹਦਾ ਹਿੱਸੇਦਾਰ ਕਿਸਾਨ ਨੂੰ ਬਣਾਇਆ ਜਾਵੇ, ਉਹਦੇ ਬੱਚਿਆਂ ਨੂੰ ਉਹ 'ਚ ਕੰਮ ਵੀ ਮਿਲੇ, ਫਿਰ ਇਹਨੂੰ ਜੋਨਾਂ 'ਚ ਵੰਡਿਆ ਜਾਵੇ। ਜਿਸ ਤਰ੍ਹਾਂ ਪੰਜਾਬ ਦੀ ਧਰਤੀ ਆ, ਇਹਨੂੰ 5-6 ਜੋਨਾਂ 'ਚ ਵੰਡ ਕੇ ਜਿੱਥੇ ਜਿੱਥੇ ਉਹ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਉੱਥੇ ਫਸਲਾਂ ਬਣਾਈਆਂ ਜਾਣ, ਤਾਂ ਉਹਨਾਂ ਦਾ ਪੂਰਾ ਮੰਡੀਕਰਨ ਕੀਤਾ ਜਾਵੇ, ਕਿਸਾਨ ਪੱਖੀ ਨੀਤੀ ਬਣਾਈ ਜਾਵੇ, ਉਹਦੇ ਬੱਚਿਆਂ ਨੂੰ ਮੁਕਤ ਪੜ੍ਹਾਈ ਦਿੱਤੀ ਜਾਵੇ, ਉਹਨੂੰ ਰੁਜ਼ਗਾਰ ਤਕਨੀਕੀ ਸਿੱਖਿਆ ਦੇ ਕੇ ਉਹਨੂੰ ਆਪਣੇ ਰੁਜ਼ਗਾਰ ਯੋਗਾ ਕੀਤਾ ਜਾਵੇ। ਜਿੰਨਾ ਚਿਰ ਤੱਕ ਕਿਸਾਨ ਪੱਖੀ ਨੀਤੀ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਨਹੀਂ ਬਣਾਉਂਦੀ, ਉਨ੍ਹਾਂ ਚਿਰ ਤੱਕ ਕਿਸਾਨ ਦਾ ਖੁਦਕੁਸ਼ੀਆਂ ਨਹੀਂ ਰੁਕਣਗੀਆਂ। ਪਰ ਸਰਕਾਰ ਇਹ ਨੀਤੀ ਬਣਾਉਣਾ ਹੀ ਨਹੀਂ ਚਾਹੁੰਦੀ। ਜਦੋਂ ਕਿ ਕਾਰਪੋਰੇਟ ਘਰਾਣਿਆਂ ਨੂੰ ਪਿਛਲੇ ਸਾਲਾਂ ਦੇ ਵਿੱਚ 10 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਜਿਹੜਾ ਉਹਨਾਂ ਦਾ ਕਰਜ਼ਾ ਖਤਮ ਕੀਤਾ, NPA 'ਚ ਪਾ ਕੇ, ਵੱਟੇ ਖਾਤੇ ਪਾ ਕੇ, ਮਰਨਾਊ ਕਰਜ਼ਾ ਲਾਣ ਕੇ ਬੈਂਕਾਂ ਦਾ ਕਰਜ਼ਾ ਜਿਹੜਾ ਕੇਂਦਰ ਸਰਕਾਰ ਨੇ ਉਹ ਖਤਮ ਕੀਤਾ ਵਾ। ਜਦੋਂ ਕਿਸਾਨ ਦਾ ਕਰਜ਼ਾ ਖਤਮ ਕਰਨ ਵਾਸਤੇ ਵਿੱਤ ਮੰਤਰੀ ਜੇਤਲੀ ਸਾਹਿਬ ਕਹਿ ਰਹੇ ਆ ਵੀ ਸਾਡੇ ਕੋਲ 1 ਰੁਪਈਆ ਨਹੀਂ ਹੈਗਾ।